ਤੇ ਚਲ ਜਾਂਦਾ ਫਿਰ ਉਹਦੇ ਨਾਲ ਆਪਣੀ ਮਾਂ ਨਾਲ, ਅਸੀਂ ਡੱਕਿਆ ਸੀ ਇਹਨੇ ਦਿਨਾਂ ਦਿਨਾਂ ਆਇਆ ਤੇ ਅਸੀਂ ਕੀ ਕਰ ਲਿਆ। ਭਾਬੀ ਜੀ ਲਾਉਣ ਤੇ ਡਏ ਆ, ਤੁਸੀਂ ਕਿਉਂ ਲਾਉਣੀ ਫਿਰ? ਉਹ ਨਾ ਅਸੀਂ ਤਿੰਨੇ ਜਾਣੀਆਂ ਨਾ ਆਪਣੇ ਆਪਣੇ ਵੱਖਰੀ ਰੋਟੀ ਬਣਾਉਂਦੀਆਂ ਵਾ। ਲਿਆ ਮੇਰਾ ਪੁੱਤ ਛੇਤੀ ਲਿਆ ਪਾਣੀ। ਸੰਦੀਪ ਉੱਠ, ਕੀ ਹੋਇਆ ਤੈਨੂੰ? ਮੰਮੀ ਮੈਨੂੰ ਕੁਝ ਨਹੀਂ ਹੋਇਆ ਹੈਗਾ, ਮੈਂ ਸਿਰਫ ਨਾਟਕ ਕਰਨੀ ਸੀ। ਆਪਾਂ ਦੋਨੋਂ ਖਾਂਦੇ ਇੱਕੋ ਥਾਲੀ 'ਚ। ਨਹੀਂ ਨਹੀਂ ਮੈਂ ਇੱਦਾਂ ਨਹੀਂ ਖਾਣੀ, ਤੁਸੀਂ ਆਪਣੀ ਲੈ ਆਓ। ਸਿੰਮੀ ਮਾਂਜ ਆਈ ਭਾਂਡੇ? ਹਾਂ ਮਾਂਜ ਲਏ ਮੰਮੀ। ਅੱਛਾ ਮੰਮੀ, ਆ ਸੰਦੀਪ ਨੇ ਇੱਥੇ ਕਿੰਨਾ ਕੁ ਚਿਰ ਬੈਠੀ ਰਹਿਣਾ? ਪਹਿਲਾਂ ਇਕੱਲੀ ਸੰਦੀਪ ਬੈਠੀ ਸੀ, ਹੁਣ ਨਾਲ ਆ ਕੇ ਵੀ ਬਹਿ ਗਿਆ ਵਾ। ਨਹੀਂ ਸੰਦੀਪ ਕੀ ਆਉਂਦੀ ਤੁਹਾਨੂੰ? ਉਹ ਇੱਦਾਂ ਸੋਖਣਾ ਬੈਠਾ ਆ, ਤੁਹਾਨੂੰ ਵੀ ਪਤਾ ਵੀ ਉਹਦੀ ਯਾਦਦਾਸ਼ਤ ਨਹੀਂ ਹੈਗੀ, ਤਾਂ ਕਰਕੇ ਉਹ ਬੈਠਾ ਆ। ਨਹੀਂ ਤਾਂ ਤੁਹਾਨੂੰ ਵੀ ਪਤਾ ਨਾ ਵੀ ਮੇਰਾ ਜਵਾਈ ਆਉਂਦਾ ਸੀ ਅਤੇ 7 ਦਿਨ 'ਚ ਚੱਲ ਜਾਂਦਾ ਸੀ। ਅਤੇ ਨਹੀਂ ਇੱਥੇ ਰਹਿ ਕੇ ਉਹਦੀਆਂ ਯਾਦਾਂ ਵਾਪਸ ਆ ਜਾਣੀਆਂ ਨੇ, ਸਗੋਂ ਉਹਨੂੰ ਆਪਣੇ ਘਰ ਲੈ ਕੇ ਜਾਵੇ, ਉੱਥੇ ਤਾਂ 100 ਯਾਦਾਂ ਜੁੜੀਆਂ ਨੇ, ਉੱਥੇ ਉਹਦੇ ਛੇਤੀ ਜਾ ਕੇ ਸਹੀ ਹੋਣਾ, ਨਾਲੇ ਆਪਣੀ ਮਾਂ ਨੂੰ ਵੇਖੇ। ਨਹੀਂ ਧੀਏ, ਮਾਂ ਨੂੰ ਤਾਂ ਸੱਦਿਆ ਸੀ ਉੱਦਣ, ਹੁਣ ਨਹੀਂ ਲੈ ਕੇ ਗਈ ਤਾਂ ਸਾਡਾ ਇਹਦੇ ਵਿੱਚ ਕੀ ਕਸੂਰ ਆ? ਉਹਦੇ ਚਾਚੇ ਦਾ ਮੁੰਡਾ ਉਹਦੀ ਮਾਂ ਨੂੰ ਲੈ ਗਿਆ ਫੜ ਕੇ, ਅਸੀਂ ਆ ਜਾ ਇਹ ਨਹੀਂ ਤਜਿੰਦਰ, ਅਤੇ ਹੁਣ ਸਾਡਾ ਜਵਾਈ ਅਸੀਂ ਬਾਹਰ ਥੋੜ੍ਹੀ ਕੱਢ ਦੇਣਾ, ਅਸੀਂ ਤਾਂ ਰੱਖਣਾ ਨਾ। ਨਹੀਂ ਤੂੰ ਹੀ ਦੱਸ ਹਾਂ ਵੀ ਮੇਰੀ ਧੀ ਪੇਕੇ ਬੈਠੀ ਚੰਗੀ ਲੱਗਦੀ ਆ, ਸਾਡਾ ਵੀ ਦਿਲ ਕਰਦਾ ਵੀ ਆਪਣੇ ਸਹੁਰੇ ਜਾਵੇ। ਅਤੇ ਮੰਮੀ ਮੈਂ ਵੀ ਤਾਂ ਇਹੋ ਕਹਿਣ ਡਈ ਹਾਂ, ਉੱਥੇ ਲੈ ਕੇ ਜਾਏ ਤਾਂ ਫਿਰ ਹੀ ਉਹਨੂੰ ਕੁਛ ਪਤਾ ਲੱਗੇ, ਇੱਥੇ ਵੀ ਤਾਂ ਦੱਸਣ ਹੀ ਡਈ ਹੈ, ਇਹ ਤਾਂ ਰਾਹ ਲੱਗਦਾ ਆਹ ਲੱਗਦਾ, ਉੱਥੇ ਜਾ ਕੇ ਮਾਂ ਵੇਖੇਗਾ ਤਾਂ ਕੁਛ ਨਾ ਕੁਛ ਤਾਂ ਚੇਤਾ ਆਊਗਾ ਅਗਲੇ ਨੂੰ, ਇਹਨੂੰ ਤਾਂ ਪਤਾ ਨਾ ਸਾਰਾ ਕੁਛ। ਨਹੀਂ ਸਿੰਮੀ, ਜਿਹਦਾ ਘਰ ਆ ਉਹ ਨਹੀਂ ਲੈ ਕੇ ਜਾਣ ਦੀ ਤਾਂ ਮੇਰੀ ਧੀ ਕਿੱਦਾਂ ਧੱਕੇ ਨਾਲ ਲੈ ਕੇ ਚੱਲ ਜੂਗੀ? ਸਾਨੂੰ ਤਾਂ ਮੰਮੀ ਫਿਰ ਇੱਥੇ ਬੜੀ ਤੰਗੀ ਆ, ਆਪ ਤਾਂ ਕੰਮ 'ਤੇ ਨਿਕਲ ਜਾਂਦੀ ਟਾਈਮ ਨਾਲ ਹੀ, ਅਤੇ ਸਾਨੂੰ ਵੇਖ ਕੇ ਕਦੇ ਕੁਛ ਮੰਗਦਾ ਕਦੇ ਕੁਛ ਮੰਗਦਾ, ਜਾਂ ਫਿਰ ਇਹਨੂੰ ਵੀ ਕਿਤੇ ਕੰਮ ਕੁੰਮ 'ਤੇ ਲਾ ਦਿਉ। ਨਹੀਂ ਕੀ ਮੰਗਦਾ ਤੁਹਾਡੇ ਕੋਲ, ਆ ਜਾ ਕੇ ਰੋਟੀ ਹੈ ਨਾ 2 ਬੁਰਕੀਆਂ ਖਾਂਦਾ, ਹੋਰ ਤੂੰ ਉਹਨੂੰ ਕਿਤੇ ਬਦਾਮ ਤਾਂ ਨਹੀਂ ਘੋਟ ਘੋਟ ਦੇਣ ਦੀਦੀ? ਤੁਸੀਂ ਤਾਂ ਇੰਨੀ ਤੰਗ ਹੋ ਜਾਂਦੀਆਂ ਜੇ, ਅੱਗੇ ਤੁਸੀਂ ਮੇਰੀ ਧੀ ਨੂੰ ਦੁਖੀ ਕੀਤਾ ਸੀ, ਹੁਣ ਤੁਸੀਂ ਜਵਾਈ ਤੋਂ ਵੀ ਨਫ਼ਰਤ ਕਰਦੀਆਂ ਜੇ, ਉਹਨੂੰ ਹੁਣ ਅਸੀਂ ਕਿੱਥੇ ਕੱਢ ਦਈਏ? ਅਜੇ ਤਾਂ ਉਹ ਇੱਥੇ ਰਹੂਗਾ ਜਿੰਨੀ ਦੇਰ ਉਹਦੀ ਯਾਦਦਾਸ਼ਤ ਨਹੀਂ ਵਾਪਸ ਆਉਂਦੀ। ਚੱਲ ਠੀਕ ਆ, ਮੈਂ ਤਾਂ ਕਿਹਾ ਸੀ ਵੀ ਚੱਲ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ, ਪਰ ਤੁਸੀਂ ਕਹਿੰਦੇ ਸੁਣਨੀ ਤਾਂ ਹੈ ਨਹੀਂ, ਕੋਈ ਫਾਇਦਾ ਹੀ ਹੈ ਨਹੀਂ ਤੁਹਾਡੇ ਨਾਲ ਗੱਲ ਕਰਨ ਦਾ। ਤਾਂ ਨਾ ਕਰਿਆ ਕਰੋ ਫਿਰ, ਜੇ ਤੁਹਾਨੂੰ ਪਤਾ ਆ ਵੀ ਫਾਇਦਾ ਨਹੀਂ ਆ, ਨਾ ਕਰਿਆ ਕਰੋ। ਅੱਗੇ ਮੇਰੀ ਧੀ ਦੇ ਮਗਰ ਪਈਆਂ ਸੀ ਅਤੇ ਹੁਣ ਜਵਾਈ ਦੇ ਪਿੱਛੇ ਵੀ ਪੈ ਗਈ ਆ, ਇਹਨਾਂ ਨੂੰ ਤਾਂ ਆਪਣੇ ਚੰਗੇ ਲੱਗਦੇ ਆ, ਮੇਰੀ ਧੀ ਜਵਾਈ ਥੋੜ੍ਹੀ ਚੰਗੇ ਲੱਗਦੇ ਆ। ਮੈਂ ਤਾਂ ਹੁਣ ਘਰੋਂ ਨਹੀਂ ਕੱਢ ਦੇਣੇ, ਮੈਂ ਤਾਂ ਇੱਥੇ ਰੱਖਣਾ। ਇੰਨੇ ਪੈਸੇ ਕਿੱਥੋਂ ਲੈ ਆਉਂਦੇ ਤੁਸੀਂ? ਯਾਰ ਕਿਸੇ ਕੋ ਫੜ ਕੇ ਲਿਆਇਆ, ਜੰਡ ਦੇ ਦੇਣੇ ਨਹੀਂ ਹੋ। ਅੱਛਾ ਅੱਛਾ, ਚੱਲ ਮੈਂ ਪੈਲੀ 'ਤੇ ਆਪਣੇ ਨਾਂ ਹੋਈ ਗਈ ਆ, ਬਾਹਰ ਰਜਿਸਟਰੀ ਰਹਿ ਗਈ ਆ। ਅਤੇ ਚੱਲ ਕੋਈ ਨਹੀਂ, ਰਜਿਸਟਰੀ ਆ ਲੈਣ ਦਿੰਦੇ ਅਤੇ ਜਿਹੜੇ ਕੰਮ ਕਰਨੇ ਸੀ ਉਦੋਂ ਕਰ ਲੈਂਦੇ। ਉਹ ਯਾਰ ਉਹ ਤਾਂ ਤੇਰੀ ਗੱਲ ਠੀਕ ਆ, ਤੇਰੇ ਸਾਹਮਣੇ ਮੈਨੂੰ ਜੰਡ ਦਾ ਵੀ ਵਾਰ ਵਾਰ ਫੋਨ ਆਈ ਜਾਣ ਡਿਆ, ਅਤੇ ਮੈਂ ਦਈਏ ਗਾਂ ਪੈਸੇ ਉਹਨੂੰ, ਅਤੇ ਜਿੱਦਣ ਹੱਡਿਆ ਤਾਂ ਪੈਲੀ ਆਉਣੀ ਆ, ਆਪਾਂ ਵੇਚ ਹੀ ਦੇਣੀ ਆ। ਆਹੋ ਤੇ ਬਸ ਫਿਰ ਜਿਹੜੇ ਪੈਸੇ ਰਹਿ ਗਏ ਉਹ ਉਦੋਂ ਫਟਾਫਟ ਆਧਾਰ ਲਾ ਦਿਓ। ਆਹੋ ਤੇ ਮੈਂ ਤਾਂ ਕਿਸੇ ਕੋ ਹੁਣ ਨਾ ਲੈ ਕੇ ਆਇਆ, ਮੈਂ ਥੋੜੇ ਬਹੁਤੇ ਉਹਨੂੰ ਦਈਏ ਕਿੰਨੇ ਦਿਨਾਂ ਦਾ ਫੋਨ ਕਰਨ ਡਿਆ ਵਾ। ਆਹੋ ਆਹੋ ਤੇ ਕੰਮ ਮੁਕਾਈਏ ਤੇ ਫਿਰ ਬਸ ਦਾਰੀ ਮਾਰ ਜਾਣੀ ਆ ਸੱਸ ਮੰਦਰ ਪਾਰ ਹੋਰ ਦਿਨਾਂ ਨੂੰ। ਚੱਲ ਵਧੀਆ ਵਧੀਆ, ਛੇਤੀ ਛੇਤੀ ਹੋਵੇ ਕੰਮ ਸੈੱਟ ਤੇ ਕੱਢੋ ਮੈਨੂੰ ਵੀ ਇੱਥੋਂ ਬਾਹਰ ਕਿਤੇ। ਯਾਰ ਮੈਂ ਤੇ ਆਪ ਅੱਕਿਆ, ਚੱਲ ਇਦਾਂ ਕਰਦਾ ਮੈਂ ਨਾ ਫੜਾਵਾਂ ਯਾਰ।
ਆਹੋ ਫਿਰ ਕੋਈ ਪਤਾ ਨਹੀਂ, ਕਈ ਵਾਰੀ ਘਰੋਂ ਨਿਕਲ ਵੀ ਜਾਂਦਾ ਜੀ ਉਹ ਤੇ ਹੋਰ ਉਹਦੇ ਵੱਲੋਂ। ਮੈਂ ਪੜਦੇ ਇਹਨਾਂ ਨੂੰ ਪੈਸੇ ਫੜਾਵਾਂ। ਇਹ ਕਿਤੇ ਬਾਹਰ ਬੂਹਰ ਤਾਂ ਨਹੀਂ ਆਇਆ ਕੋਈ? ਬਾਹਰ ਕੋਈ ਨਹੀਂ ਹੈਗਾ, ਮੈਂ ਬਾਹਰੋਂ ਹੀ ਆਈ ਹਾਂ, ਜਾਊਗਾ। ਚੱਲ ਠੀਕ ਆ, ਮੈਂ ਸਕੂਟਰੀ 'ਤੇ ਹੋਣ ਚੱਲ ਆਇਆ ਮੈਂ ਥੋੜ੍ਹੀ ਦੇਰ। ਚੰਗਾ ਚੰਗਾ, ਮੈਂ ਵੀ ਕੰਮ ਕਰਾਂ ਕੋਈ। ਕਰਾਂ ਕੰਮ? ਹਾਂਜੀ ਹਾਂਜੀ ਭਾਜੀ ਕਰਤਾ ਜੀ। ਚੰਗੀ ਤਰ੍ਹਾਂ ਕਰਕੇ ਕੋਈ ਰਹਿ ਤਾਂ ਨਹੀਂ ਗਿਆ? ਨਹੀਂ ਨਹੀਂ ਸਾਰਾ ਕਰਤਾ। ਅਤੇ ਭਾਜੀ ਭੁੱਖ ਜੀ ਵੀ ਲੱਗਣ ਦੀ, ਹੁਣ ਚੱਲੀਏ ਘਰ ਨੂੰ ਫਿਰ। ਕੋਈ ਨਹੀਂ ਚੱਲ ਜਾਂਦੇ ਘਰ ਵੀ, ਇੱਧਰਲਾ ਕਰਕੇ ਆ ਜਾ, ਤੈਨੂੰ ਰਾਹ ਦਾ ਤਾਂ ਪਤਾ ਹੀ ਆ। ਠੀਕ ਆ, ਆ ਜਾਈ ਹੁਣ ਮਗਰ। ਚੱਲ ਅੱਛਾ ਅੱਛਾ ਕਰਾ ਲਿਆ ਨਵਾਂ, ਠੀਕ ਆ। ਬੋਲੀ ਜਾਣ ਦੀ ਤਜਿੰਦਰ ਗੱਲ ਸੁਣੀ, ਕਿੱਥੋਂ ਆਇਆ? ਉਹ ਦੂਜੇ ਭਾਅ ਜੀ ਨੇ ਕਿਹਾ ਸੀਗਾ ਖੇਤਾਂ 'ਚ ਥੋੜ੍ਹਾ ਜਿਹਾ ਕੰਮ ਕਰਨ ਲਈ, ਉਹ ਕਰਕੇ ਆਉਣ ਡਿਆ। ਉਹ ਯਾਰ ਇੱਕ ਨਿੱਘਾ ਜਿਹਾ ਕੰਮ ਹੋਰ ਕਰੇਗਾ? ਹਾਂਜੀ ਦੱਸੋ। ਉਹ ਯਾਰ ਸ਼ਹਿਰ ਜਾਂ ਤਾਂ ਆ ਮਿਕਸੀ ਜੀ ਠੀਕ ਕਰਾ ਲਿਆ, ਖਰਾਬ ਹੋਈ ਕਿੰਨੇ ਦਿਨਾਂ ਦੀ। ਉਹ ਭਾਅ ਜੀ ਪਰ ਮੈਨੂੰ ਤਾਂ ਸ਼ਹਿਰ ਦੁਕਾਨਾਂ ਦਾ ਨਹੀਂ ਪਤਾ। ਓਹੋ, ਤੂੰ ਜਿੱਥੇ ਆਟੋ 'ਤੇ ਉਤਰੇਗਾ ਨਾ, ਕਿਸੇ ਨੂੰ ਵੀ ਪੁੱਛ ਲਈ ਵੀ ਮਿਕਸੀ ਕਿੱਥੋਂ ਠੀਕ ਹੁੰਦੀ ਆ, ਉਹਨੇ ਆਪੇ ਤੈਨੂੰ ਡਰੈਸ ਦੱਸ ਦੇਣਾ। ਚਲੋ ਠੀਕ ਆ, ਕਰਾ ਤਾਂ ਲਿਆਉਂਦਾ। ਅਤੇ ਭਾਅ ਜੀ ਭੁੱਖ ਬੜੀ ਲੱਗੀ ਆ, ਮੈਂ ਰੋਟੀ ਖਾ ਕੇ ਤਾਂ ਫਿਰ ਜਾਂਦਾ ਆ। ਓਹੋ ਯਾਰ ਰੋਟੀ ਦਾ ਕੀ ਆ, ਆਹ ਲੈ ਫੜ 20 ਰੁਪਏ ਅਤੇ ਰਾਹ 'ਚ ਸਮੋਸੇ ਖਾ ਲਈ, ਅਤੇ ਆਹ ਲੈ ਜਾ ਮਿਕਸੀ। ਉਹ ਖਲੋਇਆ ਖਲੋਇਆ, ਆਲਾ ਮਟ 100 ਰੁਪਈਆ ਮਸ਼ੀਨ ਠੀਕ ਕਰਾ ਕੇ ਨਾਲ ਲੈ, ਪੈਸਿਆਂ ਦਾ ਮੈਂ ਚੇਤਾ ਹੀ ਭੁੱਲ ਗਿਆ ਵਾਂ। ਸ਼ਰਮ ਕਰ, ਕੋਈ ਸ਼ਰਮ, ਇਸ ਘਰ ਦਾ ਉਹ ਜਵਾਈ ਆ, ਥੋੜਾ ਬਹੁਤਾ ਲਿਹਾਜ਼ ਤੇ ਕਰ ਲਿਆ ਕਰੋ। ਤੇ ਮੈਂ ਕਿਹੜਾ ਉਹਨੂੰ ਕੁਝ ਗਲਤ ਕਹਿਤਾ, ਮਿਕਸੀ ਠੀਕ ਕਰਾਉਣ ਗਿਆ ਵਾ, ਏਡੀ ਕਿਹੜੀ ਆਖਰ ਆ ਗਈ ਆ, ਵਿਹਲਾ ਤੁਰਿਆ ਫਿਰਦਾ ਕਦੀ ਇੱਧਰ ਕਦੀ ਉੱਧਰ, ਤੇ ਜੇ ਚੱਲ ਗਿਆ ਤੇ ਆਖਰ ਕਾਹਦੀ ਆ ਗਈ ਆ। ਤੇ ਨਹੀਂ ਤੈਨੂੰ ਇਹ ਨਹੀਂ ਪਤਾ ਵੀ ਉਹਦੀ ਤੇਰੀ ਯਾਦਦਾਸ਼ਤ ਵੀ ਨਹੀਂ ਆਈ, ਉਹਨੂੰ ਕੀ ਪਤਾ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ। ਉਹ ਐਡਾ ਵੀ ਸ਼ੁਦਾਈ ਨਹੀਂ ਹੈਗਾ, ਰੋਟੀਆਂ ਖਾਣ ਦਾ ਉਹਨੂੰ ਪਤਾ ਆ,
ਫਿਰ ਅੰਦਾ ਉਹਨੂੰ ਪਤਾ ਆ ਜੇ ਕੰਮ ਕਰ ਲਊਗਾ ਤੇ ਕਿਹੜੀ ਅੱਖ ਰੱਜਣੀ ਆ। ਐਡੀ ਉਹਦੀ ਯਾਦਾਸ਼ ਗਈ, ਤੁਸੀਂ ਤੇ ਹਊਆ ਹੀ ਬਣਾਇਆ ਉਹਨੂੰ। ਹਊਆ ਬਣਾਇਆ ਆ, ਤੁਹਾਨੂੰ ਤੇ ਸ਼ਰਮ ਹੀ ਨਹੀਂ ਆਉਣੀ ਕੋਈ ਵੀ। ਉਹ ਜਾ ਮਾਤਾ ਆਪਣਾ ਕੰਮ ਕਰ ਜਾ ਕੇ, ਮੈਂ ਤੇ ਅੱਗੇ ਬਾਹਰੋਂ ਆਇਆ, ਤੂੰ ਆਂਦੇ ਮੇਰਾ ਸਿਰ ਖਾਣ ਲੱਗ ਪਈ ਆ। ਆਪ ਨੀ ਤੁਸੀਂ ਜਾ ਸਕਦੇ, ਵਿਹਲੇ ਮੰਜੀਆਂ ਤੋੜਦੇ ਰਹਿੰਦੇ ਇੱਥੇ। ਤੂੰ ਧੀ ਜਵਾਈ ਦੀ ਹਮਾਇਤਨ ਬਣੀ ਆ। ਜਿਹੜੇ ਕੰਮ ਗਏ ਸੀ ਉਹ ਹੋ ਗਿਆ ਜੇ? ਹੋਰ ਕਰ ਆਇਆ ਗੱਲ, ਬਸ ਤੂੰ ਬਸ ਗੱਲੇ ਦੇ ਪੈਣ ਦੀ ਤਿਆਰੀ ਰੱਖ ਤੇ ਪੈਸੇ ਗਿਣ ਦੀ ਤਿਆਰੀ ਰੱਖ, ਤੂੰ ਸਾਰਾ ਕੰਮ ਹੋ ਗਿਆ ਹੁਣ। ਸੱਚੀ? ਹੋਰ ਲੈ ਸ਼ੁਕਰ ਆ ਬਾਬੇ ਦਾ, ਕਿਤੇ ਅਸੀਂ ਵੀ ਪੈਸੇ ਦਾ ਮੂੰਹ ਵੇਖਾਂਗੇ ਚੱਜ ਨਾਲ, ਪੈਸੇ ਨੂੰ ਕੋਲੋਂ ਤਰਸਦੇ ਰਹੀਦਾ ਸੀ, ਕਿੱਥੇ ਖਰਚੀਏ ਕਿੱਥੇ ਨਾ ਖਰਚੀਏ। ਗੱਲ ਕਰਕੇ ਆਇਆ ਮੈਂ, ਕਹਿੰਦਾ 2-4 ਦਿਨ ਤੱਕ ਤੁਹਾਡਾ ਹੋ ਜੂਗਾ ਕੰਮ ਤੇ ਤੁਸੀਂ ਆ ਜਾਓ। ਅੱਛਾ, ਬਸ ਹੁਣ ਚੱਲ ਮਹਾਰਾਜ ਨੇ ਸੁਣੀ ਆ, ਚੱਲ ਵਧੀਆ ਹੋ ਗਿਆ ਸਾਰਾ ਕੰਮ। ਚਲੋ ਠੀਕ ਆ, ਤੇ ਪਾਣੀ ਪੀਣਾ ਆ? ਹਾਂ ਯਾਰ ਪਾਣੀ ਲਿਆ ਦੇ ਘੁੱਟ, ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਹੀ ਗਈ। ਹਾਂ ਤੈਨੂੰ ਤੇ ਹੁਣ ਤੇ ਚਾਹ ਹੀ ਬੜਾ ਸੀ ਤੇ ਪਤਾ ਨਹੀਂ ਕੀ ਗੱਲ ਹੋਈ ਆ ਕਿ ਨਹੀਂ। ਆਪਣਾ ਕਾਰੋਬਾਰ ਖੁੱਲਣ ਲੱਗਾ ਨਵਾਂ ਤੇ ਬੰਦੇ ਨੂੰ ਚਾਹ ਹੁੰਦਾ ਹੀ, ਮੇਰੇ ਤੇ ਪੈਰਾਂ ਥੱਲੇ ਜ਼ਮੀਨ ਨਹੀਂ ਲੱਗਣ ਦੀ। ਚਲ ਵਧੀਆ ਵਧੀਆ, ਚਲ ਚਾਹ ਪਾਣੀ ਲਿਆ, ਨਾਲੇ ਘੁੱਟ ਚਾਹ ਬਣਾ ਲਈ ਹੈ। ਚੰਗਾ। ਮੰਮੀ ਜਿੰਦੇ ਕਿੱਦਾਂ ਗਏ, ਉੱਧਰ ਬੈਠੇ ਨੇ? ਉੱਧਰ ਕਿੱਥੋਂ ਬਹਿਣਾ ਸੰਦੀਪ, ਆ ਜੀਤਾ ਜਿਹੜਾ ਇਹਨੇ ਬਾਜ਼ਾਰ ਘੱਲ ਦਿੱਤਾ ਇਹਨੂੰ ਮਿਕਸੀ ਦੇ ਕੇ ਤੇ ਠੀਕ ਕਰਾਉਣ। ਕਦੋਂ ਕਿਤੇ ਗਏ? 3 ਵਜੇ ਦਾ ਗਿਆ ਆ ਤੇ ਹੁਣ ਉੱਤੋਂ ਵੇਖ ਲਾ 6 ਵੱਜ ਗਏ ਹੋ, ਅਜੇ ਤੱਕ ਨਹੀਂ ਉਹ ਆਇਆ। ਉਹਨਾਂ ਦੀ ਤਾਂ ਅੱਗੇ ਯਾਦਾਸ਼ ਨਹੀਂ ਹੈਗੀ, ਕਿਤੇ ਹੋਰ ਚਲ ਗਏ ਤੇ ਫਿਰ? ਇਹੋ ਗੱਲ ਤੇ ਮੈਂ ਜੀਤੇ ਨੂੰ ਕਹਿ ਕੇ ਆਈ ਹਾਂ, ਮੁੰਡੇ ਨੇ ਅੱਗੋਂ ਮੈਨੂੰ 36 ਗੱਲਾਂ ਸੁਣਾਈਆਂ ਆ। ਚਲੋ ਮੰਮੀ ਮੈਂ ਵੀ ਪੁੱਛਦੀ ਹਾਂ, ਆਓ ਤੁਸੀਂ ਨਾਲ। ਮੈਨੂੰ ਤੇ ਆਪ ਕਿਤੇ ਇੰਨੀ ਫਿਕਰ ਹੋਣ ਡਈ ਆ, ਇਹ ਘਰ ਬਹਿ ਕੇ ਆਪਣਾ ਕੰਮ ਕਰ ਹੀ ਨਹੀਂ ਸਕਦੇ ਕੋਈ? ਜੀਤੇ ਸੁਖਵੀਰ ਬਾਹਰ ਆ। ਕੀ ਹੋ ਗਿਆ? ਤਜਿੰਦਰ ਨੂੰ ਕਿੱਥੇ ਭੇਜਿਆ ਤੁਸੀਂ ਬਾਜ਼ਾਰ? ਤਜਿੰਦਰ ਨੂੰ ਮੈਂ ਭੇਜਿਆ ਮਿਕਸੀ ਠੀਕ ਕਰਾਉਣ, ਕੀ ਹੋ ਗਿਆ? ਤੇ ਮਿਕਸੀ ਆਪ ਨਹੀਂ ਠੀਕ ਕਰਾ ਸਕਦੇ? ਉਹ ਆਂਦੇ ਬੋਲਣ ਲੱਗ ਪਈ ਆ, ਮੈਨੂੰ ਗੱਲ ਤੇ ਦੱਸ। ਮੰਮੀ ਦੱਸੋ, 3 ਵਜੇ ਦੇ ਗਏ ਆ ਨਾ, ਹਜੇ ਤੱਕ ਘਰ ਨਹੀਂ ਆਏ ਹੋ? ਨਹੀਂ ਮੈਂ ਉਹਨੂੰ ਘਰ ਦੇ ਕੰਮ ਕਰਾਇਆ ਵਾ, ਜੇ ਚਲ ਗਿਆ ਤੇ ਫਿਰ ਕਿਹੜੀ ਆਖਰ ਆ ਗਈ ਆ? ਤੇ ਘਰ ਦੇ ਭਾਵੇਂ 20 ਕੰਮ ਕਰਾਓ ਪਰ ਘਰ ਘਰ ਕਰਾਓ ਨਾ, ਬਾਹਰ ਕੱਲੀ ਭੇਜ ਦੇ ਜੇ, ਬਾਹਰ ਤੇ ਤੁਹਾਨੂੰ ਪਤਾ ਨਾ ਅੱਗੇ ਯਾਦਾਸ਼ ਗਈ ਉਹਨਾਂ ਦੀ। ਰੋਟੀ ਖਾਣ ਵਾਲੀ ਆ ਜਾਂਦੀ ਆ ਉਹਦੀ ਯਾਦਾਸ਼, ਘਰ ਦੇ 2 ਕੰਮ ਕਰ ਲੂਗਾ, ਕੁਛ ਹੋ ਨਹੀਂ ਚੱਲਿਆ, ਤੂੰ ਆਂਦੇ ਮੇਰੇ ਸਿਰ ਤੇ ਚੜ ਗਈ ਆ। ਤੋ 3 ਵਜੇ ਤੇ ਗਏ ਹਜੇ ਤੱਕ ਘਰ ਨਹੀਂ ਆਏ, ਜਾ ਕੇ ਤੇ ਲੱਭ ਕੇ ਲਿਆਓ ਫਿਰ ਉਹਨੂੰ। ਤੇ ਆ ਜਾਂਦਾ ਵਾ, ਉਹ ਕੋਈ ਕਾਕਾ ਵਾ, ਬਹਿ ਗਿਆ ਹੁਣ ਰਾਜ ਕਿਤੇ। ਤੁਸੀਂ ਤਾਂ ਬਸ ਇਹੋ ਕਹਿਣਾ ਵੀ ਗਵਾਚ ਜੇ ਤੇ ਚੱਲ ਠੀਕ ਆ। ਚੱਲ ਰਹਿਣ ਦੇ ਸੰਦੀਪ, ਅਸੀਂ ਚੱਲ ਜਾਂਦੇ ਲੱਭਣ, ਇਹ ਤੇ ਅੱਗੇ ਇੰਨੇ ਬੇਸ਼ਰਮ ਆ, ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਹੈਗਾ? ਜਾਓ ਭਰਾ, ਮੈਂ ਅੱਜ ਅੱਗੇ ਬਾਹਰੋਂ ਗਰਮੀ 'ਚ ਆਇਆ ਹਾਂ। ਮੰਮੀ ਇਹਨਾਂ ਨੂੰ ਸਗੋਂ ਸ਼ਰਮ ਕਰਨੀ ਚਾਹੀਦੀ ਹੈ, ਵੀ ਘਰ ਦਾ ਜਵਾਈ ਤਾਂ ਆਪਾਂ ਧਿਆਨ ਰੱਖੀਏ ਉਹਦਾ, ਇਹ ਕੰਮ ਕਰਦੇ ਫਿਰਦੇ ਇਹਨਾਂ ਨੂੰ ਸ਼ਰਮ ਹੋਵੇ ਨਾ ਤੇ ਘਾਟਾ ਕਾਹਦਾ ਆ, ਇਹ ਜਾਣ ਹੀ ਕਿਉਂ ਦਿੰਦਾ, ਕਿਉਂ ਭੇਜਦਾ ਉਹਨੂੰ? ਆਪ ਦੋਵੇਂ ਭਰਾ ਘਰ ਵਿਹਲੇ ਰਹਿੰਦੇ, ਕਰਦੇ ਕੋਈ ਕੰਮ? ਮੰਮੀ ਤਜਿੰਦਰ ਨੂੰ ਆਪਾਂ ਹਰ ਜਗ੍ਹਾ ਲੱਭ ਲਿਆ ਵਾ, ਪਤਾ ਨਹੀਂ ਕਿੱਥੇ ਹੋਣਗੇ ਉਹ। ਚੱਲ ਕੋਈ ਨਹੀਂ ਸੰਦੀਪ, ਵੇਹਨੇ ਆ ਨਾ ਅੱਗੇ ਜਾ ਕੇ ਦੁਕਾਨਾਂ ਤੇ ਵੇਖਦੇ ਆ।
ਮੰਮੀ ਮੇਰੀ ਗੱਲ ਸੁਣੋ, ਮਿਕਸੀ ਮੈਂ ਤੁਹਾਨੂੰ ਫੜਾਈ ਸੀ, ਤੁਸੀਂ ਆਪ ਨਹੀਂ ਜਾ ਸਕਦੇ, ਤੁਸੀਂ ਉਹਨੂੰ ਦੇ ਕੇ ਘੱਲਤਾ, ਅਤੇ ਜੇ ਉਹ ਕਿਤੇ ਭੁੱਲ ਭੱਲ ਗਿਆ ਉਹਨੂੰ ਪਤਾ ਲੱਗਣਾ ਵਾ, ਦੱਸ ਉਹਨੂੰ ਪਤਾ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਕਿੱਧਰੋਂ ਆਉਣਾ। ਉਹ ਯਾਰ ਮੈਂ ਵੀ ਤਾਂ ਗਰਮੀ 'ਚੋਂ ਆਇਆ, ਦੇਤੀ ਉਹਨੂੰ ਮਿਕਸੀ 'ਤੇ, ਫਿਰ ਕਿਹੜੀ ਗੱਲ ਹੋ ਗਈ ਆ, ਘਰ ਦਾ ਕੰਮ ਵੀ ਕਿਉਂ ਕਰਿਆ ਕਿ ਬਸ ਕਦੀ ਇੱਧਰ ਬਹਿ ਕੇ ਕਦੀ ਉੱਧਰ ਬਹਿ ਕੇ ਵਿਹਲੀਆਂ ਖਾ ਲਈਆਂ। ਤੁਹਾਨੂੰ ਬਾਹਰ ਤਾਂ ਨਾ ਭੇਜ ਦੇ, ਤੁਹਾਨੂੰ ਚੰਗਾ ਭਲਾ ਉਹਦਾ ਪਤਾ ਵੀ ਹੈਗਾ। ਉਹ ਯਾਰ ਕਿਤੇ ਨਹੀਂ ਕੱਖ ਹੁੰਦਾ, ਪਹਿਲੇ ਉਹ ਮੇਰਾ ਸਿਰ ਖਾ ਗਈ ਆ, ਹੁਣ ਤੂੰ ਬੋਲਣ ਲੱਗ ਪਈ ਆ ਕੇ ਇੱਥੇ। ਬਾਹਰ ਦਾ ਕੰਮ ਨਾ ਉਸ ਕੋਲ ਕਰਾਓ ਤੇ ਰਾਜਾ ਬਣਾ ਲਓ ਉਹਨੂੰ ਘਰ। ਤੁਹਾਨੂੰ ਕੀ ਗੱਲ, ਤੁਸੀਂ ਚੱਲ ਜਾਂਦੇ, ਜਦੋਂ ਮੈਂ ਤੁਹਾਨੂੰ ਫੜਾਈ ਤੁਸੀਂ ਕਿਉਂ ਨਹੀਂ ਗਏ? ਉਹ ਯਾਰ ਮੈਂ ਨਹੀਂ ਜਾਣਾ, ਜਾ ਆਪਣਾ ਕੰਮ ਕਰ ਜਾ ਕੇ, ਤੁਸੀਂ ਬੋਲਣ ਨਹੀਂ, ਮੈਂ ਚੱਲਿਆ ਭਰਾ ਬਾਹਰ। ਰੁਕੋ ਰੁਕੋ, ਕਿੱਥੇ ਚੱਲੇ ਜੋ? ਕੰਮ ਚੱਲਿਆ ਕਿਤੇ, ਕਿਉਂ ਕੀ ਹੋਇਆ? ਤੁਸੀਂ ਨਾ ਜਰਾ ਤਜਿੰਦਰ ਨੂੰ ਘੱਟ ਹੀ ਕੰਮ ਤੇ ਕਿਹਾ ਕਰੋ ਜਾਣ ਲਈ। ਕਿਉਂ? ਤੁਹਾਨੂੰ ਪਤਾ ਹੀ ਹੈ ਨਾ ਅੱਜ ਨਵਾਂ ਸਿਆਪਾ ਪੈ ਚੱਲਿਆ ਸੀ। ਤੇ ਕੁਛ ਨਹੀਂ ਹੋ ਚੱਲਿਆ, ਕੋਈ ਨਿਆਣਾ ਨਹੀਂ ਹੈਗਾ। ਨਿਆਣੇ ਦੀ ਨਹੀਂ ਗੱਲ, ਤੁਹਾਨੂੰ ਪਤਾ ਤਾਂ ਹੈਗਾ ਉਹਦੀ ਜ਼ਿਆਦਾ ਸ਼ਾਨੀ ਆ, ਤੇ ਜੇ ਸ਼ਹਿਰ ਕਿਤੇ ਗਿਆ ਉਹਨੂੰ ਨਾ ਪਤਾ ਲੱਗਾ ਉੱਧਰ ਅੱਧਰ ਘਰ ਆਉਂਦਾ, ਤੇ ਫਿਰ ਤੁਹਾਡਾ ਹੀ ਨਾਂ ਲੱਗਣਾ ਦੋਨਾਂ ਭਰਾਵਾਂ ਦਾ। ਤੇ ਇਹ ਤੋਂ ਬਿਹਤਰ ਤੁਸੀਂ ਨਾ ਹੀ ਉਹਨੂੰ ਕੰਮ 'ਤੇ ਭੇਜਿਆ ਕਰੋ ਬਾਹਰ ਅੰਦਰ, ਘਰ ਦਾ ਜਿਹੜਾ ਕਰਾਉਣਾ ਹੁੰਦਾ ਕਰਾ ਲਿਆ ਕਰੋ, ਜੇ ਪੈਲੀ 'ਚ ਜਾਣਾ ਹੁੰਦਾ ਪੈਲੀ 'ਚ ਨਾਲ ਹੀ ਲੈ ਕੇ ਅਤੇ ਨਾਲ ਹੀ ਲੈ ਆਇਓ ਉਹਨੂੰ ਘਰ। ਚੱਲ ਕੋਈ ਗੱਲ ਨਹੀਂ, ਮੈਂ ਵੇਖ ਲਊਂਗਾ ਅੱਗੇ ਤੋਂ। ਉਹਨਾਂ ਨੇ ਤਾਂ ਮਾਵਾਂ ਧੀਆਂ ਨੇ ਗੜ ਪੀਆਂ ਨਹੀਂ ਰੱਖਣਾ। ਮੰਮੀ ਉਹ ਤਜਿੰਦਰ ਨਹੀਂ ਤੁਰੇ ਆਉਂਦੇ ਸਾਹਮਣੇ? ਆਹੋ ਸੰਦੀਪ, ਉਹ ਹੀ ਉਹ ਤਜਿੰਦਰ ਹੀ ਉਹ। ਤਜਿੰਦਰ ਤੁਸੀਂ ਕਿੱਥੇ ਚਲ ਗਏ? ਮੈਂ ਤੁਹਾਨੂੰ ਪਤਾ ਕਿੰਨਾ ਲੱਭਣ ਨਹੀਂ ਸੀ। ਉਹ ਮੈਨੂੰ ਤੇ ਉਹ ਜਿੱਤੇ ਭਾਅ ਜੀ ਨੇ ਮਿਕਸੀ ਠੀਕ ਕਰਾਉਣ ਭੇਜਿਆ ਹੈਗਾ। ਸਾਡਾ ਮਿਕਸੀ ਤੁਸੀਂ ਤੁਸੀਂ ਪੈਦਲ ਕਹਿ ਲਈ ਆਉਂਦੇ, ਜੇ ਆਟੋ 'ਤੇ ਆ ਜਾਂਦੇ। ਮੈਨੂੰ ਤਾਂ ਉਹਨਾਂ ਨੇ 100 ਰੁਪਈਆ ਮਿਕਸੀ ਠੀਕ ਕਰਾਉਣ ਲਈ ਅਤੇ 20 ਰੁਪਈਏ ਕੁਛ ਖਾਣ ਨੂੰ ਦਿੱਤੇ ਸੀਗੇ, ਉਹ ਵੀ ਮੈਂ ਜਾਂਦੇ ਜਾਂਦੇ 10 ਰੁਪਈਏ ਆਟੋ ਦਾ ਕਿਰਾਇਆ ਦੇ ਦਿੱਤਾ, 10 ਦੇ ਉੱਥੋਂ ਸਮੋਸੇ ਖਾ ਲਏ, ਮੇਰੇ ਕੋਲ ਤਾਂ ਕਿਰਾਇਆ ਵੀ ਨਹੀਂ ਹੈਗਾ ਆਉਣ ਦਾ। ਅੱਛਾ ਅੱਛਾ, ਇਹ ਗੱਲ ਸੀ, ਤੁਹਾਨੂੰ ਪਤਾ ਸੀ ਕਿੰਨੀ ਫਿਕਰ ਕਰਨ ਇਹ, ਹਾਂ ਲੱਗਾ ਸ਼ਾਇਦ ਤੁਸੀਂ ਰਸਤਾ ਭੁੱਲ ਗਏ ਜੇ ਜਰਾ ਅਜੇ ਤੱਕ ਘਰ ਨਹੀਂ ਆਏ। ਨਹੀਂ ਰਸਤਾ ਤਾਂ ਨਹੀਂ ਭੁੱਲਿਆ ਮੈਂ, ਰਸਤਾ ਤਾਂ ਮੈਨੂੰ ਯਾਦ ਸੀ, ਬਸ ਦੂਰ ਬੜੀ ਹੀ ਤੁਰ ਕੇ ਥੱਕ ਗਿਆ। ਮੈਂ ਤੁਹਾਨੂੰ ਫੋਨ ਕਰਨ ਲੱਗਾ ਸੀ, ਫੋਨ 'ਚ ਤੁਸੀਂ ਫੋਨ 'ਤੇ ਦੇ ਤਾ ਮੈਨੂੰ, ਸਿਮ ਪਵਾ ਕੇ ਨਹੀਂ ਦਿੱਤੀ। ਓਹੋ, ਮੈਨੂੰ ਵੀ ਨਾ ਉਦੋਂ ਯਾਦ ਭੁੱਲ ਗਿਆ ਸਿਮ ਲਿਆਉਂਦਾ, ਪਰ ਅੱਜ ਮੈਂ ਸਿਮ ਲੈ ਕੇ ਆਈ ਹਾਂ, ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ, ਮੈਂ ਘਰ ਜਾਂਦੇ ਨਾ ਪਹਿਲੇ ਸਿਮ ਪਾਵਾਂਗੀ। ਚਲੋ ਚੱਲੀਏ ਹੁਣ। ਚਲੋ ਇੱਥੇ ਆਟੋ ਦੀ ਵੇਟ ਕਰ ਲੈਂਦੇ ਹਾਂ, ਅੱਗੇ ਤੁਸੀਂ ਪਤਾ ਨਹੀਂ ਕਿੰਨੀ ਕੁ ਦੂਰੋਂ ਤੁਰ ਕੇ ਆਉਂਦੇ ਜੇ। ਹੈਲੋ, ਰੋਟੀ ਖਾ ਲਓ। ਜੀ ਮੇਰਾ ਨਾ ਦਿਲ ਜਿਹਾ ਨਹੀਂ ਲੱਗਦਾ ਇੱਥੇ। ਕਿਉਂ, ਕੀ ਹੋਇਆ? ਸਾਰੇ ਆਪਣੇ ਹੀ ਨੇ ਇੱਥੇ? ਕਹਿਣ ਨੂੰ ਸਾਰੇ ਆਪਣੇ ਆ, ਸਿਰਫ ਦਿਖਾਵਾ ਹੀ ਆ, ਹੋਰ ਕੀ ਆ। ਤੁਸੀਂ ਕਹਿੰਦੇ ਤਾਂ ਹੈਗੇ ਅਸੀਂ ਆਪਣੇ ਆ, ਅਸੀਂ ਆਪਣੇ ਆ, ਯਾਦਦਾਸ਼ਤ ਤੋਂ ਪਹਿਲਾਂ ਤੁਸੀਂ ਇਸੇ ਘਰ ਵਿੱਚ ਸੀਗੇ, ਯਾਦਦਾਸ਼ਤ ਜਾਣ ਤੋਂ ਪਹਿਲਾਂ ਇਹ ਮੇਰਾ ਸਹੁਰਾ ਘਰ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਆਪਣੇ ਇੱਦਾਂ ਦੇ ਹੁੰਦੇ ਆ। ਕਿਉਂ, ਤੁਹਾਨੂੰ ਇੱਦਾਂ ਕਿਉਂ ਲੱਗਦਾ? ਇਹ ਪੁੱਛਣ ਨੂੰ ਤੁਸੀਂ ਰਹਿਣ ਦਿਓ, ਬਸ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਨ੍ਹਾਂ ਦੇ ਘਰ ਮੈਂ ਰਹਿੰਦਾ ਸੀ ਨਾ,
ਉਹ ਭਾਵੇਂ ਮੇਰੇ ਆਪਣੇ ਨਹੀਂ ਪਰ ਫਿਰ ਵੀ ਆਪਣੇ ਤੋਂ ਵੱਧ ਕਰਦੇ ਸੀ ਮੇਰੇ ਨਾਲ। ਰੋਟੀ ਪਾਣੀ ਤੋਂ ਕਦੀ ਭੁੱਖੇ ਨਹੀਂ ਰਹਿਣ ਦਿੱਤਾ, ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਉਣ ਦਿੰਦੇ। ਪਰ ਇੱਥੇ ਕਹਿਣ ਨੂੰ ਤਾਂ ਆਪਣੇ ਆ, ਕੋਈ ਰੋਟੀ ਪੁੱਛ ਕੇ ਨਾਰਾਜ਼ੀ ਮੈਨੂੰ ਕੀ ਕਰਨਾ ਇਹੋ ਜਿਹੇ ਆਪਣਿਆਂ ਦਾ। ਤੁਹਾਨੂੰ ਮੇਰੇ ਬਾਰੇ ਵੀ ਏਦਾਂ ਹੀ ਲੱਗਦਾ? ਨਹੀਂ, ਤੁਹਾਡੇ ਬਾਰੇ ਤਾਂ ਨਹੀਂ ਲੱਗਦਾ, ਤੁਸੀਂ ਤਾਂ ਮੇਰਾ ਖਿਆਲ ਰੱਖਦੇ ਜੀ। ਬਸ ਫਿਰ ਮੈਂ ਤਾਂ ਤੁਹਾਡਾ ਧਿਆਨ ਰੱਖਦੀ ਹਾਂ ਨਾ, ਤੁਸੀਂ ਮੇਰੇ ਕਰਕੇ ਤਾਂ ਇੱਥੇ ਰਹਿ ਹੀ ਸਕਦੇ ਜੇ। ਚਲੋ ਠੀਕ ਆ, ਚਲੋ ਰੋਟੀ ਖਾ ਲਓ ਹੁਣ। ਤੁਸੀਂ ਖਾ ਲਈ? ਨਹੀਂ, ਮੈਂ ਤਾਂ ਹਜੇ ਆਈ ਸੀਗੀ ਅਤੇ ਮੈਨੂੰ ਪਤਾ ਲੱਗਾ ਕਿ ਤੁਸੀਂ ਘਰ ਨਹੀਂ ਹੈਗੇ। ਬਸ ਫਿਰ ਉਦੋਂ ਮੈਂ ਤੁਹਾਨੂੰ ਲੱਭਣ ਚਲ ਗਈ। ਕੋਈ ਗੱਲ ਨਹੀਂ, ਮੈਂ ਵੀ ਖਾ ਲੈਂਦੀ ਹਾਂ। ਤੁਸੀਂ ਵੀ ਖਾ ਲਓ ਫਿਰ। ਚਲੋ ਫਿਰ ਇਕੱਠੇ ਖਾ ਲੈਂਦੇ ਹਾਂ। ਨਹੀਂ ਨਹੀਂ, ਤੁਸੀਂ ਆਪਣੀ ਲੈ ਆਓ, ਆਪਾਂ ਇੱਥੇ ਬੈਠ ਕੇ ਇਕੱਠੇ ਖਾ ਲਾਂਗੇ। ਚਲੋ ਠੀਕ, ਮੈਂ ਲੈ ਕੇ ਆਉਣੀ ਹਾਂ।